ਸੋ ਗੱਲ ਕਰਾਂਗੇ ਕਾਮਨਵੈਲਥ ਗੇਮਸ ਬਾਰੇ। ਬਹੁਤ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ ਕਾਮਨਵੈਲਥ ਗੇਮਸ, ਅਤੇ ਦੋ ਏਜੰਡਾਸ 'ਤੇ ਆਪਾਂ ਗੱਲ ਕਰਾਂਗੇ। ਪਹਿਲਾ ਜਿਹੜਾ ਏਜੰਡਾ ਸਾਡੇ ਕੋਲ ਹੈਗਾ, ਦੈਟ ਇਜ਼ ਕਾਮਨਵੈਲਥ ਗੇਮਸ ਦੀ ਹਿਸਟਰੀ, ਇਹਦਾ ਇਤਿਹਾਸ। ਅਤੇ ਦੂਸਰਾ ਜਿਹੜਾ ਸਾਡੇ ਕੋਲ ਏਜੰਡਾ ਹੈਗਾ, ਦੈਟ ਇਜ਼ ਕਾਮਨਵੈਲਥ ਗੇਮਸ 2022। ਸੋ ਇਹ ਦੋਵੇਂ ਏਜੰਡਾਸ ਤੋਂ ਬਹੁਤ ਸਾਰੇ ਕੁਐਸਚਨਸ ਆਲਰੇਡੀ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਅਤੇ ਪੂਰੇ ਚਾਂਸਿਸ ਨੇ ਕਿ PTI 2000 ਵਿੱਚ ਵੀ ਜਿਹੜਾ ਕਾਮਨਵੈਲਥ ਗੇਮਸ ਹੈਗਾ, ਇਹਤੋਂ ਕੁਐਸਚਨਸ ਪੁੱਛੇ ਜਾਣਗੇ। ਸੋ ਗੱਲ ਕਰਦੇ ਹਾਂ ਪਹਿਲਾਂ ਆਪਾਂ ਕਾਮਨਵੈਲਥ ਗੇਮਸ ਦੀ ਹਿਸਟਰੀ ਬਾਰੇ। ਸੋ ਜੇ ਗੱਲ ਕੀਤੀ ਜਾਵੇ ਇਹਦੇ ਫਾਊਂਡਰ ਕੌਣ ਸੀ, ਕੌਣ ਕਾਮਨਵੈਲਥ ਗੇਮਸ ਦੇ ਫਾਦਰ ਨੇ, ਅਤੇ ਉਹਨਾਂ ਦਾ ਨਾਮ ਹੈਗਾ ਮਿਲਵਿਲ ਮਾਰਕਸ ਰੋਬਿਨਸਨ। ਸੋ ਮਿਲਵਿਲ ਮਾਰਕਸ ਰੋਬਿਨਸਨ, MM ਰੋਬਿਨਸਨ ਕੀ ਨੇ, ਫਾਊਂਡਰ ਨੇ, ਫਾਦਰ ਨੇ ਕਾਮਨਵੈਲਥ ਗੇਮਸ ਦੇ। ਅਤੇ ਜਿਹੜੇ MM ਰੋਬਿਨਸਨ ਨੇ, ਉਹ ਇੱਕ ਅਖਬਾਰ ਹੈਗੀ ਆ ਜਿਹਦਾ ਨਾਮ ਸੀਗਾ ਹੈਮਿਲਟਨ ਸਪੈਕਟੇਟਰ, ਉਹਦੇ ਸਪੋਰਟਸ ਐਡੀਟਰ ਸੀਗੇ, ਠੀਕ ਹੈ ਜੀ। ਅਤੇ MM ਰੋਬਿਨਸਨ ਬੇਸਿਕਲੀ ਕੈਨੇਡੀਅਨ ਸੀਗੇ, ਕੈਨੇਡਾ ਤੋਂ ਬਿਲੋਂਗ ਕਰਦੇ ਸੀਗੇ, ਅਤੇ ਇੱਕ ਕੈਨੇਡੀਅਨ ਜਰਨਲਿਸਟ ਸੀਗੇ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਕਾਮਨਵੈਲਥ ਗੇਮ ਆ, ਇਹਦਾ ਪਹਿਲਾ ਐਡੀਸ਼ਨ 1930 ਦੇ ਵਿੱਚ ਹੈਮਿਲਟਨ ਕੈਨੇਡਾ ਦੇ ਵਿੱਚ ਹੋਇਆ, ਠੀਕ ਹੈ ਜੀ। 1930 ਦੇ ਵਿੱਚ ਹੈਮਿਲਟਨ ਕੈਨੇਡਾ ਵਿੱਚ ਇਹਦਾ ਪਹਿਲਾ ਐਡੀਸ਼ਨ ਖੇਲ ਹੁੰਦਾ, ਠੀਕ ਹੈ ਜੀ। ਉਸ ਟਾਈਮ ਕਾਮਨਵੈਲਥ ਗੇਮ ਇਹਦਾ ਨਾਮ ਨਹੀਂ ਸੀਗਾ, ਉਸ ਟਾਈਮ ਇਹਦਾ ਨਾਮ ਕੀ ਸੀਗਾ, ਉਸ ਟਾਈਮ 1930 ਦੇ ਵਿੱਚ ਇਹਦਾ ਨਾਮ ਬ੍ਰਿਟਿਸ਼ ਇੰਪਾਇਰ ਗੇਮ ਸੀਗਾ। ਵੈਰੀ ਵੈਰੀ ਇੰਪੋਰਟੈਂਟ, ਤੁਹਾਨੂੰ ਕੁਐਸਚਨ ਪੁੱਛ ਸਕਦਾ ਕਿ ਕਾਮਨਵੈਲਥ ਗੇਮਸ ਦਾ ਪਹਿਲਾ ਨਾਮ ਕੀ ਸੀਗਾ, ਉਹਦਾ ਪਹਿਲਾ ਨਾਮ ਕੀ ਸੀਗਾ, ਬ੍ਰਿਟਿਸ਼ ਇੰਪਾਇਰ ਗੇਮਸ। ਸੋ 1930 ਤੋਂ ਲੈ ਕੇ 1950 ਤੱਕ ਇਹਦਾ ਨਾਮ ਬ੍ਰਿਟਿਸ਼ ਇੰਪਾਇਰ ਗੇਮਸ ਸੀਗਾ, ਅਤੇ ਉਸ ਤੋਂ ਬਾਅਦ 1954 ਦੇ ਵਿੱਚ ਇਹਦਾ ਨਾਮ ਬ੍ਰਿਟਿਸ਼ ਇੰਪਾਇਰ ਗੇਮਸ ਤੋਂ ਚੇਂਜ ਕਰਕੇ ਰੀਨੇਮ ਕੀਤਾ ਗਿਆ, ਕੀ ਰੱਖਿਆ ਗਿਆ, ਬ੍ਰਿਟਿਸ਼ ਇੰਪਾਇਰ ਐਂਡ ਕਾਮਨਵੈਲਥ ਗੇਮਸ। ਸੋ 1954 ਦੇ ਵਿੱਚ ਬ੍ਰਿਟਿਸ਼ ਇੰਪਾਇਰ ਗੇਮਸ ਦਾ ਨਾਮ ਚੇਂਜ ਕਰਕੇ ਕੀ ਰੱਖਿਆ ਗਿਆ, ਬ੍ਰਿਟਿਸ਼ ਇੰਪਾਇਰ ਐਂਡ ਕਾਮਨਵੈਲਥ ਗੇਮ। ਸੋ ਇਹ 1954 ਤੋਂ 1966 ਤੱਕ ਇਹਦਾ ਨਾਮ ਇਹੀ ਬਰਕਰਾਰ ਰਿਹਾ, ਬ੍ਰਿਟਿਸ਼ ਇੰਪਾਇਰ ਐਂਡ ਕਾਮਨਵੈਲਥ ਗੇਮਸ। ਉਸ ਤੋਂ ਬਾਅਦ 1970 ਦੇ ਵਿੱਚ ਇਹਦਾ ਨਾਮ ਫਿਰ ਤੋਂ ਰੀਨੇਮ ਕੀਤਾ ਗਿਆ, ਹੁਣ ਇਹਦਾ ਨਾਮ ਕੀ ਰੱਖਿਆ ਗਿਆ, 1970 ਦੇ ਵਿੱਚ ਬ੍ਰਿਟਿਸ਼ ਕਾਮਨਵੈਲਥ ਗੇਮਸ, ਠੀਕ ਹੈ ਜੀ। ਬ੍ਰਿਟਿਸ਼ ਇੰਪਾਇਰ ਐਂਡ ਕਾਮਨਵੈਲਥ ਗੇਮਸ ਤੋਂ ਇਹਦਾ ਨਾਮ ਕੀ ਰੱਖਿਆ ਗਿਆ, ਬ੍ਰਿਟਿਸ਼ ਕਾਮਨਵੈਲਥ ਗੇਮਸ 1970 ਦੇ ਵਿੱਚ। ਅਤੇ 1970 ਤੋਂ 74 ਤੱਕ ਬ੍ਰਿਟਿਸ਼ ਕਾਮਨਵੈਲਥ ਗੇਮ ਦੇ ਨਾਮ ਤੋਂ ਹੀ ਇਹਨੂੰ ਜਾਣਿਆ ਗਿਆ। ਉਸ ਤੋਂ ਬਾਅਦ 1978 ਵਿੱਚ ਇਹਦਾ ਨਾਮ ਬ੍ਰਿਟਿਸ਼ ਕਾਮਨਵੈਲਥ ਗੇਮਸ ਤੋਂ ਰੀਨੇਮਡ ਕਰਕੇ ਇਹਦਾ ਨਾਮ ਰੱਖਿਆ ਗਿਆ ਕਾਮਨਵੈਲਥ ਗੇਮਸ। ਅਤੇ ਅੱਜ ਤੱਕ, ਹੁਣ ਤੱਕ ਜੇ ਆਪਾਂ ਗੱਲ ਕਰੀਏ, ਇਹਨੂੰ ਕਾਮਨਵੈਲਥ ਗੇਮਸ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈ, ਮੈਂ ਇਹਨੂੰ ਸਟਾਰ ਮਾਰਕ ਕਰ ਰਿਹਾ, ਅਤੇ ਇਹ ਤੋਂ ਕੁਐਸਚਨਸ ਪੁੱਛੇ ਜਾਂਦੇ ਹਨ ਅਤੇ ਪੁੱਛੇ ਜਾਣਗੇ। ਸੋ ਅਗਲੀ ਚੀਜ਼ ਕੀ ਆ, ਵੈਰੀ ਇੰਪੋਰਟੈਂਟ ਅਗੇਨ, ਕਿ ਜਿਹੜਾ 2026 ਦੇ ਵਿੱਚ ਇਹਦਾ 23rd ਐਡੀਸ਼ਨ ਹੋਣਾ ਹੈ, ਕਿੰਨਵਾਂ ਐਡੀਸ਼ਨ, 23rd ਜਿਹੜਾ ਐਡੀਸ਼ਨ ਹੋਣਾ ਹੈ, ਉਹ ਕਿੱਥੇ ਹੋਣਾ ਹੈ, ਉਹ ਵਿਕਟੋਰੀਆ ਆਸਟ੍ਰੇਲੀਆ ਦੇ ਵਿੱਚ ਹੋਣਾ ਹੈ। ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਆ ਵੀ ਸਕਦਾ ਹੈ, ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਬਾਅਦ ਲਾਸਟ ਸਾਡੇ ਕੋਲ ਇਹਦਾ ਜਿਹੜਾ ਹੈਗਾ, ਦੈਟ ਇਜ਼ ਕਾਮਨਵੈਲਥ ਗੇਮਸ ਫੈਡਰੇਸ਼ਨ। ਹੁਣ ਜਿਹੜੀ ਕਾਮਨਵੈਲਥ ਗੇਮਸ ਹੈਗੀ ਹੈ, ਠੀਕ ਹੈ ਜੀ, ਉਹਨੂੰ ਡਾਇਰੈਕਸ਼ਨ, ਉਹਨੂੰ ਕੰਟਰੋਲ ਇੱਕ ਔਰਗਨਾਈਜੇਸ਼ਨ ਕਰਦੀ ਹੈ ਜਿਹਦਾ ਨਾਮ ਕੀ ਆ, ਕਾਮਨਵੈਲਥ ਗੇਮਸ ਫੈਡਰੇਸ਼ਨ।
ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਕਾਮਨਵੈਲਥ ਗੇਮਸ 2022 ਬਾਰੇ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਕਾਮਨਵੈਲਥ ਗੇਮਸ 2022 ਬਾਰੇ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਕੁਸ਼ਚਨਸ ਕੀ ਬਣ ਸਕਦੇ ਨੇ, ਕੁਸ਼ਚਨਸ ਇੱਦਾਂ ਬਣ ਸਕਦੇ ਨੇ ਕਿ ਕਾਮਨਵੈਲਥ ਗੇਮਸ 2022 ਜਿਹੜੀਆਂ ਹੋਈਆਂ ਉਹ ਕਿੰਨਵਾਂ ਐਡੀਸ਼ਨ ਸੀਗਾ, ਇਹ ਕਿਹੜੀ ਜਗ੍ਹਾ ਹੋਈਆਂ। ਉਸ ਤੋਂ ਬਾਅਦ ਕੁਸ਼ਚਨ ਪੁੱਛਿਆ ਜਾ ਸਕਦਾ ਇਹਦੇ ਵਿੱਚ ਮੈਸਕਿਟ ਕਿਹੜਾ ਸੀਗਾ, ਮੈਸਕਿਟ ਦਾ ਨਾਮ ਦੱਸੋ। ਉਸ ਤੋਂ ਬਾਅਦ ਪੁੱਛਿਆ ਜਾ ਸਕਦਾ ਇਹਦਾ ਮੋਟੋ ਕੀ ਸੀਗਾ। ਉਸ ਤੋਂ ਬਾਅਦ ਪੁੱਛਿਆ ਜਾ ਸਕਦਾ ਕਿ ਇਹਦੇ ਵਿੱਚ ਕਿੰਨੇ ਦੇਸ਼ਾਂ ਨੇ ਪਾਰਟੀਸੀਪੇਟ ਕੀਤਾ। ਉਸ ਤੋਂ ਬਾਅਦ ਇੰਡੀਆ ਦੀ ਪਰਫਾਰਮੈਂਸ ਬਾਰੇ ਪੁੱਛਿਆ ਜਾ ਸਕਦਾ ਕਿ ਕਿੰਨੇ ਮੈਡਲ ਇੰਡੀਆ ਨੇ ਜਿੱਤੇ, ਇਹਦੇ ਵਿੱਚ ਗੋਲਡ ਕਿੰਨੇ ਜਿੱਤੇ, ਸਿਲਵਰ ਕਿੰਨੇ ਜਿੱਤੇ ਅਤੇ ਬ੍ਰੋਂਜ਼ ਕਿੰਨੇ ਜਿੱਤੇ। ਉਸ ਤੋਂ ਬਾਅਦ ਪੁੱਛ ਸਕਦੇ ਆ ਕਿ ਬਾਏ ਨੇਮ ਤੁਹਾਨੂੰ ਪੁੱਛ ਸਕਦੇ ਆ ਕਿ ਮੰਨ ਲਓ ਬਜਰੰਗ ਪੁਨੀਆ ਆ ਜਾਂ ਆਪਾਂ PV ਸਿੰਧੂ ਆ, ਉਹਨਾਂ ਨੇ ਕਿਹੜਾ ਮੈਡਲ ਜਿੱਤਿਆ, ਹੈ ਨਾ। ਉਹਨਾਂ ਦੀ ਵੇਟ ਕਲਾਸ ਪੁੱਛ ਸਕਦੇ ਆ, ਜਿਵੇਂ ਮੈਂ ਪਿਛਲੇ ਇੰਟਰਵਿਊ ਦੇ ਵਿੱਚ ਕਵਰ ਕੀਤਾ ਸੀਗਾ। ਸੋ ਗੱਲ ਕਰਦੇ ਹਾਂ ਆਪਾਂ ਕਾਮਨਵੈਲਥ ਗੇਮਸ 2022 ਬਾਰੇ। ਸੋ ਕਾਮਨਵੈਲਥ ਗੇਮਸ 2022 ਜਿਹੜੀਆਂ ਸੀਗੀਆਂ ਇਹ 22ਵਾਂ ਐਡੀਸ਼ਨ ਸੀਗਾ ਕਾਮਨਵੈਲਥ ਗੇਮ ਦਾ। ਕਿੰਨਵਾਂ ਐਡੀਸ਼ਨ ਸੀਗਾ, 22nd ਐਡੀਸ਼ਨ ਸੀਗਾ ਕਾਮਨਵੈਲਥ ਗੇਮਸ ਦਾ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਇਹ 28 ਜੁਲਾਈ ਤੋਂ ਲੈ ਕੇ 8 ਅਗਸਤ 2022 ਤੱਕ ਸ਼ਹਿਰ ਬਰਮਿੰਗਮ UK ਯੂਨਾਈਟਿਡ ਕਿੰਗਡਮ ਦੇ ਵਿੱਚ ਹੋਈਆਂ, ਠੀਕ ਹੈ ਜੀ। ਕਿੱਥੇ ਹੋਈਆਂ, ਬਰਮਿੰਗਮ ਸ਼ਹਿਰ ਆ, ਠੀਕ ਹੈ ਜੀ, ਯੂਨਾਈਟਿਡ ਕਿੰਗਡਮ ਦਾ, ਉੱਥੇ ਇਹ ਗੇਮਸ ਹੋਈਆਂ ਅਤੇ 28 ਜੁਲਾਈ ਤੋਂ ਲੈ ਕੇ 8 ਅਗਸਤ 2022 ਤੱਕ ਖੇਲੀਆਂ ਗਈਆਂ ਅਤੇ ਇਹ 22ਵਾਂ ਐਡੀਸ਼ਨ ਸੀਗਾ। ਸੋ ਇਹ ਤੁਹਾਨੂੰ ਲਿਖ ਲੈਣਾ ਤੁਸੀਂ ਆਪਣੀ ਕਾਪੀ ਦੇ ਵਿੱਚ ਜਿਹੜੇ ਤੁਸੀਂ ਨੋਟਸ ਬਣਾ ਰਹੇ ਹੋ। ਉਸ ਤੋਂ ਬਾਅਦ ਅਗਲੀ ਚੀਜ਼, ਇਹਦੇ ਵਿੱਚ ਜਿਹੜਾ ਮੈਸਕਿਟ ਸੀਗਾ ਉਹਦਾ ਨਾਮ ਕੀ ਸੀਗਾ, ਵੈਰੀ ਇੰਪੋਰਟੈਂਟ ਕੁਸ਼ਚਨ ਬਣ ਜਾਂਦਾ ਇਹ ਤੋਂ। ਇਹ ਮੈਸਕਿਟ ਦਾ ਨਾਮ ਕੀ ਸੀਗਾ, ਪੈਰੀ ਦ ਬੁੱਲ। ਪੈਰੀ ਦ ਬੁੱਲ ਕੀ ਸੀਗਾ, ਜਿਹੜਾ ਕਾਮਨਵੈਲਥ ਗੇਮ 2022 ਦੇ ਵਿੱਚ ਮੈਸਕਿਟ ਸੀਗਾ ਉਹਦਾ ਨਾਮ ਪੈਰੀ ਦ ਬੁੱਲ ਸੀਗਾ। ਉਸ ਤੋਂ ਬਾਅਦ ਅਗਲੀ ਚੀਜ਼ ਕਿ ਜਿਹੜੀ ਕਾਮਨਵੈਲਥ ਗੇਮਸ 2022 ਆ, ਹੈ ਨਾ, ਇਹਦਾ ਮੋਟੋ ਕੀ ਆ, ਠੀਕ ਹੈ ਜੀ। ਇਹਦਾ ਮੋਟੋ ਕੀ ਸੀਗਾ, ਇਹਦਾ ਮੋਟੋ ਸੀਗਾ ਸਪੋਰਟ ਇਜ਼ ਜਸਟ ਦ ਬਿਗਨਿੰਗ। ਕੀ ਹੈ, ਸਪੋਰਟ ਇਜ਼ ਜਸਟ ਦ ਬਿਗਨਿੰਗ। ਸੋ ਮੋਟੋ ਕੀ ਆ, ਸਪੋਰਟ ਇਜ਼ ਜਸਟ ਦ ਬਿਗਨਿੰਗ। ਉਸ ਤੋਂ ਬਾਅਦ ਇੱਥੇ ਵੀ ਮੈਂ ਸਟਾਰ ਮਾਰਕ ਕਰ ਦਿੰਦਾ, ਆ ਸਕਦਾ ਕੁਸ਼ਚਨ, ਠੀਕ ਹੈ ਜੀ। ਉਸ ਤੋਂ ਬਾਅਦ ਇੰਡੀਆ ਵਾਸਤੇ ਜਦੋਂ ਓਪਨਿੰਗ ਹੋਈ ਅਤੇ ਜਦੋਂ ਕਲੋਜ਼ਿੰਗ ਹੋਈ ਕੌਣ ਫਲੈਗ ਬੇਅਰਰ ਸੀਗੇ, ਠੀਕ ਹੈ ਜੀ। ਜਦੋਂ ਓਪਨਿੰਗ ਹੋਈ ਤਾਂ ਮਨਪ੍ਰੀਤ ਸਿੰਘ ਜੋ ਕਿ ਇੰਡੀਆ ਦੇ ਹਾਕੀ ਮੈਨਸ ਹਾਕੀ ਟੀਮ ਦੇ ਕੈਪਟਨ ਸੀਗੇ ਉਹ ਸੀਗੇ, ਅਤੇ PV ਸਿੰਧੂ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਜਦੋਂ ਕਲੋਜ਼ਿੰਗ ਹੋਈ, ਕਲੋਜ਼ਿੰਗ ਦੇ ਵਿੱਚ ਸ਼ਰਤ ਕਮਲ ਅਤੇ ਨਿਕਿਤ ਜ਼ਰੀਨ ਜਿਹੜੇ ਸੀਗੇ ਉਹ ਫਲੈਗ ਪੀਰੀਅਡ ਸੀਗੇ ਡਿਊਰਿੰਗ ਦ ਟਾਈਮ ਆਫ ਕਲੋਜ਼ਿੰਗ। ਉਸ ਤੋਂ ਬਾਅਦ ਗੱਲ ਕੀਤੀ ਜਾਵੇ ਮੇਨ ਸਟੇਡੀਅਮ ਇਹਦੇ ਵਿੱਚ ਕਿਹੜਾ ਸੀਗਾ, ਮੇਨ ਸਟੇਡੀਅਮ ਇਹਦੇ ਵਿੱਚ ਸੀਗਾ ਅਲੈਗਜ਼ੈਂਡਰਾ ਸਟੇਡੀਅਮ। ਸੋ ਇਹ ਚੀਜ਼ਾਂ ਤੁਸੀਂ ਪਲੀਜ਼ ਆਪਣੇ ਜਿਹੜੇ ਨੋਟਸ ਬਣਾ ਰਹੇ ਹੋ ਉਹਦੇ ਵਿੱਚ ਇਹ ਲਿਖ ਲਓ, ਇਹ ਪੁਆਇੰਟਸ, ਇਹ ਹਾਈਲਾਈਟਸ ਨੇ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇੱਥੋਂ ਕੁਸ਼ਚਨ ਬਣ ਸਕਦੇ ਨੇ। ਸੋ ਗੱਲ ਕਰਦੇ ਹਾਂ ਇੰਡੀਆਸ ਪਰਫੋਰਮੈਂਸ ਓਵਰਵਿਊ, ਇੰਡੀਆ ਦੀ ਕਾਮਨਵੈਲਥ ਗੇਮਸ 2022 ਦੇ ਵਿੱਚ ਕੀ ਪਰਫੋਰਮੈਂਸ ਰਹੀ। ਸੋ ਜੇ ਪਰਫੋਰਮੈਂਸ ਦੀ ਗੱਲ ਕੀਤੀ ਜਾਵੇ ਬਹੁਤ ਅੱਛੀ ਪਰਫੋਰਮੈਂਸ ਸੀਗੀ ਇੰਡੀਆ ਦੀ। ਟੋਟਲ 61 ਮੈਡਲਸ ਆਪਾਂ ਜਿੱਤੇ, ਗੋਲਡ ਸਿਲਵਰ ਅਤੇ ਬ੍ਰੋਂਜ਼ ਮਿਲਾ ਕੇ ਟੋਟਲ 61 ਮੈਡਲਸ ਜਿੱਤੇ ਅਤੇ ਇੰਡੀਆ 4th ਰੈਂਕ 'ਤੇ ਰਿਹਾ, 4th ਰੈਂਕ 'ਤੇ ਰਿਹਾ। ਪਹਿਲੇ ਰੈਂਕ 'ਤੇ ਸਾਡੇ ਕੋਲ ਆਸਟ੍ਰੇਲੀਆ ਸੀਗਾ ਜਿਹਨੇ 179 ਮੈਡਲਸ ਜਿੱਤੇ, ਦੂਸਰੇ ਰੈਂਕ 'ਤੇ ਸਾਡੇ ਕੋਲ ਇੰਗਲੈਂਡ ਸੀ ਜਿਹਨੇ 176 ਮੈਡਲਸ ਜਿੱਤੇ, ਅਤੇ ਤੀਸਰੇ ਰੈਂਕ 'ਤੇ ਸਾਡੇ ਕੋਲ ਕੈਨੇਡਾ ਸੀ ਜਿਹਨੇ 92 ਮਤਲਬ ਕਿ 92 ਮੈਡਲ ਜਿੱਤੇ, ਅਤੇ ਇੰਡੀਆ 4th ਰੈਂਕ 'ਤੇ ਸੀਗਾ, 5ਵੇਂ 'ਤੇ ਨਿਊਜ਼ੀਲੈਂਡ ਸੀਗਾ। ਸੋ ਇੰਡੀਆ ਨੇ ਟੋਟਲ 61 ਮੈਡਲਸ ਜਿੱਤੇ ਜਿਹਦੇ ਵਿੱਚੋਂ 22 ਗੋਲਡ, 16 ਸਿਲਵਰ ਅਤੇ 23 ਬ੍ਰੋਂਜ਼ ਮੈਡਲ ਸੀਗੇ। ਅਤੇ ਇਹ ਕੁਸ਼ਚਨ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਇੰਡੀਆ ਨੇ ਟੋਟਲ ਗੋਲਡ ਕਿੰਨੇ ਜਿੱਤੇ ਹੈਗੇ। ਇੰਡੀਆ ਨੇ ਟੋਟਲ ਗੋਲਡ ਕਿੰਨੇ ਜਿੱਤੇ ਸੀਗੇ, 22 ਗੋਲਡ ਮੈਡਲ ਜਿੱਤੇ ਸੀ ਕਾਮਨਵੈਲਥ ਗੇਮਸ ਦੇ ਵਿੱਚ, ਅਤੇ 4th ਸਾਡੀ ਰੈਂਕ ਸੀਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟੋਟਲ ਮੈਡਲ 61 ਹੋ ਗਏ, ਅਤੇ ਸਭ ਤੋਂ ਜ਼ਿਆਦਾ ਤੁਹਾਨੂੰ ਪੁੱਛਿਆ ਜਾਵੇ ਕਿ ਕਿਸ ਗੇਮ ਦੇ ਵਿੱਚ ਇੰਡੀਆ ਨੇ ਸਭ ਤੋਂ ਜ਼ਿਆਦਾ, ਕਿਸ ਸਪੋਰਟਸ ਦੇ ਵਿੱਚ ਇੰਡੀਆ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ।
ਇੰਡੀਆ ਨੇ ਸਭ ਤੋਂ ਜ਼ਿਆਦਾ ਮੈਡਲ ਰੈਸਲਿੰਗ ਦੇ ਵਿੱਚ ਜਿੱਤੇ, ਰੈਸਲਿੰਗ ਦੇ ਵਿੱਚ 12 ਮੈਡਲ ਜਿੱਤੇ ਇੰਡੀਆ ਨੇ, ਜਿਹਦੇ ਵਿੱਚੋਂ 6 ਗੋਲਡ, 5 ਸਿਲਵਰ ਅਤੇ 1 ਬ੍ਰੋਂਜ਼ ਮੈਡਲ ਸੀਗਾ। ਸੋ ਰੈਸਲਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਦੇਖੇ। ਹੁਣ ਆਓ ਆਪਾਂ ਦੇਖਦੇ ਹਾਂ, ਗੱਲ ਕਰਦੇ ਹਾਂ ਰੈਸਲਿੰਗ ਬਾਰੇ, ਰੈਸਲਿੰਗ ਦੀ ਹਾਈਲਾਈਟਸ ਦੇਖਦੇ ਹਾਂ। ਸੋ ਰੈਸਲਿੰਗ ਦੇ ਵਿੱਚ ਆਪਾਂ ਜਿਹੜੇ 6 ਗੋਲਡ ਮੈਡਲ ਜਿੱਤੇ ਨੇ ਉਹਦੇ ਵਿੱਚੋਂ 4 ਮੈਨਸ ਕੈਟੇਗਰੀ ਦੇ ਵਿੱਚ ਆਪਾਂ ਜਿੱਤੇ ਅਤੇ 2 ਵੂਮੈਨਸ ਕੈਟੇਗਰੀ ਦੇ ਵਿੱਚ ਆਪਾਂ ਦੇਖਦੇ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੈਨਸ ਕੈਟੇਗਰੀ ਦੀ। ਸਭ ਤੋਂ ਪਹਿਲਾਂ ਨਾਮ ਹੈਗਾ ਸਾਡੇ ਕੋਲ ਨਵੀਨ ਦਾ। ਨਵੀਨ ਨੇ ਮੈਨਸ ਫ੍ਰੀ ਸਟਾਈਲ 74 ਕੇਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਉਸ ਤੋਂ ਬਾਅਦ ਅਗਲਾ ਨਾਮ ਹੈਗਾ ਸਾਡੇ ਕੋਲ ਬਜਰੰਗ ਪੁਨੀਆ। ਬਜਰੰਗ ਪੁਨੀਆ ਨੇ ਮੈਨਸ ਫ੍ਰੀ ਸਟਾਈਲ 65 ਕੇਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਉਸ ਤੋਂ ਬਾਅਦ ਅਗਲਾ ਨਾਮ ਹੈਗਾ ਸਾਡੇ ਕੋਲ ਦੀਪਕ ਪੁਨੀਆ। ਦੀਪਕ ਪੁਨੀਆ ਨੇ ਮੈਨਸ ਫ੍ਰੀ ਸਟਾਈਲ 86 ਕੇਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਉਸ ਤੋਂ ਬਾਅਦ ਅਗਲਾ ਨਾਮ ਸਾਡੇ ਕੋਲ ਹੈਗਾ ਰਵੀ ਕੁਮਾਰ ਦਹੀਆ। ਰਵੀ ਕੁਮਾਰ ਦਹੀਆ ਨੇ 57 ਕੇਜੀ ਵੇਟ ਕਲਾਸ ਦੇ ਵਿੱਚ ਗੋਲਡ ਮੈਡਲ ਜਿੱਤਿਆ। ਨੈਕਸਟ ਸਾਡੇ ਕੋਲ ਹੈਗੇ ਸਾਕਸ਼ੀ ਮਲਿਕ। ਉਹਨਾਂ ਨੇ ਵੂਮੈਨਸ ਫ੍ਰੀ ਸਟਾਈਲ 58 ਕੇਜੀ ਦੇ ਵਿੱਚ ਸਾਕਸ਼ੀ ਮਲਿਕ ਨੇ ਗੋਲਡ ਮੈਡਲ ਜਿੱਤਿਆ। ਅਤੇ ਲਾਸਟ ਬਟ ਨਾਟ ਲੀਸਟ ਸਾਡੇ ਕੋਲ ਹੈ ਵਿਨੇਸ਼ ਫੋਗਾਟ। ਉਹਨਾਂ ਨੇ ਵੂਮੈਨਸ ਫ੍ਰੀ ਸਟਾਈਲ 53 ਕੇਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਸੋ ਟੋਟਲ 6 ਗੋਲਡ ਮੈਡਲ ਸਾਡੇ ਕੋਲ ਰੈਸਲਿੰਗ ਦੇ ਵਿੱਚ ਆਏ। ਨਵੀਨ, ਬਜਰੰਗ ਪੁਨੀਆ, ਦੀਪਕ ਪੁਨੀਆ, ਰਵੀ ਕੁਮਾਰ ਦਹੀਆ, ਸਾਕਸ਼ੀ ਮਲਿਕ ਐਂਡ ਵਿਨੇਸ਼ ਫੋਗਾਟ। ਸੋ ਇਹਨਾਂ ਨੇ ਟੋਟਲ ਸਾਡੇ ਕੋਲ ਰੈਸਲਿੰਗ ਦੇ ਵਿੱਚ ਸਾਡੇ ਦੇਸ਼ ਦੀ ਝੋਲੀ ਦੇ ਵਿੱਚ 6 ਗੋਲਡ ਮੈਡਲ ਪਾਏ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਵੇਟ ਲਿਫਟਿੰਗ ਦੀ ਅਚੀਵਮੈਂਟਸ ਬਾਰੇ। ਵੇਟ ਲਿਫਟਿੰਗ ਦੇ ਵਿੱਚ ਸਾਡੇ ਕੋਲ 3 ਗੋਲਡ ਮੈਡਲ ਆਏ। ਇੱਕ ਸਾਡੇ ਮੀਰਾਬਾਈ ਚਾਨੂ ਨੇ, ਮੀਰਾਬਾਈ ਚਾਨੂ ਨੇ 49 ਕੇਜੀ ਵੇਟ ਕਲਾਸ ਦੇ ਵਿੱਚ ਗੋਲਡ ਮੈਡਲ ਸਾਡੇ ਦੇਸ਼ ਦੀ ਝੋਲੀ ਦੇ ਵਿੱਚ ਪਾਇਆ। ਠੀਕ ਹੈ ਜੀ, ਮੀਰਾਬਾਈ ਚਾਨੂ ਨੇ ਗੋਲਡ ਮੈਡਲ ਜਿੱਤਿਆ ਸੀਗਾ ਕਾਮਨਵੈਲਥ ਗੇਮਸ ਦੇ ਵਿੱਚ 49 ਕੇਜੀ ਵੇਟ ਕਲਾਸ। ਸੋ ਇਹ 49 ਮੈਂ ਕਿਉਂ ਮਾਰਕ ਕਰ ਰਿਹਾ, ਕੁਸ਼ਚਨ ਬਣ ਸਕਦਾ ਕਿ ਕਿਹੜੀ ਵੇਟ ਕਲਾਸ ਦੇ ਵਿੱਚ ਜਿੱਤਿਆ। ਇੱਦਾਂ ਦੇ ਕੁਸ਼ਚਨ ਬਣਦੇ ਨੇ ਐਗਜ਼ਾਮ ਦੇ ਵਿੱਚ। ਸੋ ਇਹ ਚੀਜ਼ ਵੀ ਨੋਟ ਕਰਨੀ ਹੈ ਕਿ ਕਿਹੜੀ ਵੇਟ ਕਲਾਸ ਦੇ ਵਿੱਚ ਪਰਟੀਕੁਲਰ ਐਥਲੀਟ ਨੇ ਗੋਲਡ ਮੈਡਲ ਜਿੱਤਿਆ। ਠੀਕ ਹੈ ਜੀ, ਉਸ ਤੋਂ ਬਾਅਦ ਸਾਡੇ ਕੋਲ ਜੈਰਮੀ ਲਾਲ ਰਿਨੁੰਗਾ। ਠੀਕ ਹੈ ਜੀ, ਇਹਨਾਂ ਨੇ 67 ਮੈਨਸ ਕੈਟੇਗਰੀ ਦੇ ਵਿੱਚ 67 ਵੇਟ ਕਲਾਸ ਦੇ ਵਿੱਚ ਗੋਲਡ ਮੈਡਲ ਜਿੱਤਿਆ ਵਿਦ ਏ ਰਿਕਾਰਡ ਲਿਫਟ ਆਫ 300 ਕੇਜੀ। ਠੀਕ ਹੈ ਜੀ, ਜੈਰਮੀ ਲਾਲ ਰਿਨੁੰਗਾ ਇਹਨਾਂ ਨੇ ਗੋਲਡ ਮੈਡਲ ਜਿੱਤਿਆ 67 ਮੈਨਸ ਕੈਟੇਗਰੀ ਦੇ ਵਿੱਚ। 67 ਵੇਟ ਕਲਾਸ ਸੀਗਾ ਇਹਨਾਂ ਦਾ। ਉਸ ਤੋਂ ਬਾਅਦ ਸਾਡੇ ਕੋਲ ਅਚਿੰਤਾ ਸ਼ਿਓਲੀ। ਅਚਿੰਤਾ ਸ਼ਿਓਲੀ ਨੇ 73 ਕੇਜੀ ਮੈਨਸ ਵੇਟ ਕਲਾਸ ਦੇ ਵਿੱਚ, ਮੈਨਸ 73 ਕੇਜੀ ਦੇ ਵਿੱਚ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਵਿਦ ਏ ਰਿਕਾਰਡ ਲਿਫਟ ਆਫ 313 ਕੇਜੀ। ਠੀਕ ਹੈ ਜੀ, ਸੋ ਵੇਟ ਲਿਫਟਿੰਗ ਦੇ ਵਿੱਚ ਸਾਡੇ ਕੋਲ ਟੋਟਲ 3 ਗੋਲਡ ਮੈਡਲ ਆਏ। ਮੀਰਾਬਾਈ ਚਾਨੂ 49 ਕੇਜੀ ਵੇਟ ਕਲਾਸ, ਜੈਰਮੀ ਲਾਲ ਰਿਨੁੰਗਾ 67 ਮੈਨਸ 67 ਕੇਜੀ ਵੇਟ ਕਲਾਸ, ਐਂਡ ਅਚਿੰਤਾ ਸ਼ਿਓਲੀ ਮੈਨਸ 73 ਕੇਜੀ ਵੇਟ ਕਲਾਸ ਦੇ ਵਿੱਚ ਇਹ ਸਾਡੇ ਕੋਲ ਇਹਨਾਂ ਨੇ ਗੋਲਡ ਮੈਡਲ ਦਿੱਤਾ। ਸੋ ਜਿਹੜੀ ਸਾਡੀ ਵੇਟ ਲਿਫਟਿੰਗ ਦੀ ਅਚੀਵਮੈਂਟਸ ਆ ਕਾਮਨਵੈਲਥ ਗੇਮਸ ਦੀਆਂ, ਉਹਦੇ ਵਿੱਚ 3 ਗੋਲਡ ਮੈਡਲ ਹੈ। ਉਸ ਤੋਂ ਬਾਅਦ ਅੱਗੇ ਜੇ ਆਪਾਂ ਗੱਲ ਕਰੀਏ ਐਥਲੈਟਿਕਸ ਐਂਡ ਅਦਰ ਸਪੋਰਟਸ ਦੀਆਂ, ਸੋ ਜੇ ਆਪਾਂ ਗੱਲ ਕਰੀਏ ਐਥਲੈਟਿਕਸ, ਟ੍ਰਿਪਲ ਜੰਪ ਦੇ ਵਿੱਚ ਐਲ ਡਿਹੋਸ ਪੌਲ ਦੇ ਦੇਸ਼ ਦੀ ਝੋਲੀ ਦੇ ਵਿੱਚ ਗੋਲਡ ਮੈਡਲ ਪਾਇਆ। ਟ੍ਰਿਪਲ ਜੰਪ ਦੇ ਵਿੱਚ ਐਥਲੈਟਿਕਸ ਦੇ ਵਿੱਚ ਐਲ ਡਿਹੋਸ ਪੌਲ ਨੇ ਕੀ ਕੀਤਾ ਸੀ, ਗੋਲਡ ਮੈਡਲ ਜਿੱਤਿਆ ਸੀ ਸਾਡੇ ਦੇਸ਼ ਲਈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸ਼ਰਤ ਕਮਲ, ਵੈਰੀ ਇੰਪੋਰਟੈਂਟ ਸਟਾਰ ਮਾਰਕ ਕਰ ਰਿਹਾ ਸ਼ਰਤ ਕਮਲ ਨੇ 3 ਗੋਲਡ ਮੈਡਲ ਜਿੱਤੇ ਟੇਬਲ ਟੈਨਿਸ ਦੇ ਵਿੱਚ। ਇੱਕ ਉਹਨਾਂ ਨੇ ਮੈਨਸ ਸਿੰਗਲ ਦੇ ਵਿੱਚ ਜਿੱਤਿਆ, ਇੱਕ ਉਹਨਾਂ ਨੇ ਮਿਕਸਡ ਡਬਲਸ ਦੇ ਵਿੱਚ ਜਿੱਤਿਆ ਅਤੇ ਇੱਕ ਉਹਨਾਂ ਨੇ ਮੈਨਸ ਡਬਲ ਦੇ ਵਿੱਚ ਜਿੱਤਿਆ। ਸੋ ਸ਼ਰਤ ਕਮਲ ਨੇ ਟੇਬਲ ਟੈਨਿਸ ਦੇ ਵਿੱਚ 3 ਗੋਲਡ ਮੈਡਲ ਜਿੱਤੇ, ਮੈਨਸ ਸਿੰਗਲ ਦੇ ਵਿੱਚ, ਮਿਕਸਡ ਡਬਲਸ ਦੇ ਵਿੱਚ ਅਤੇ ਮੈਨਸ ਡਬਲਸ ਦੇ ਵਿੱਚ ਉਹਨਾਂ ਨੇ 3 ਗੋਲਡ ਮੈਡਲ ਦੇਸ਼ ਦੀ ਝੋਲੀ ਵਿੱਚ ਪਾਏ ਨੇ। ਸੋ ਅੱਗੇ ਆਪਾਂ ਗੱਲ ਕਰਦੇ ਨੇ ਗੋਲਡ ਮੈਡਲ ਵੂਮੈਨ ਕੈਟੇਗਰੀ ਦੇ ਵਿੱਚ ਭਵੀਨਾ ਪਟੇਲ। ਭਵੀਨਾ ਪਟੇਲ ਨੇ
ਟੇਬਲ ਟੈਨਿਸ ਦੇ ਵਿੱਚ ਵੂਮੈਨਸ ਸਿੰਗਲਸ ਦੇ ਵਿੱਚ ਗੋਲਡ ਮੈਡਲ ਦੇਸ਼ ਦੀ ਝੋਲੀ ਦੇ ਵਿੱਚ ਪਾਇਆ। ਸੋ ਟੇਬਲ ਟੈਨਿਸ ਦੇ ਵਿੱਚ ਸਾਡੇ ਕੋਲ ਟੋਟਲ 3 ਅਤੇ 1 4 ਮੈਡਲ ਸਾਡੇ ਕੋਲ ਟੇਬਲ ਟੈਨਿਸ ਦੇ ਵਿੱਚ ਆਏ ਅਤੇ ਐਥਲੈਟਿਕਸ 'ਚ ਸਾਡੇ ਕੋਲ 1 ਮੈਡਲ ਆਇਆ। ਐਲਡਹੋਸ ਪੌਲ ਨੇ ਟ੍ਰਿਪਲ ਜੰਪ ਦੇ ਵਿੱਚ ਉਹ ਮੈਡਲ ਸਾਡੀ ਦੇਸ਼ ਦੀ ਝੋਲੀ 'ਚ ਪਾਇਆ। ਅਤੇ ਲੋਨ ਬੋਲਸ, ਠੀਕ ਹੈ ਜੀ, ਵੂਮੈਨਸ ਕੈਟੇਗਰੀ ਦੇ ਵਿੱਚ ਲੋਨ ਬੋਲਸ 'ਚ ਸਾਡੇ ਕੋਲ 1 ਗੋਲਡ ਮੈਡਲ ਆਇਆ। ਅਤੇ ਪੈਰਾ ਪਾਵਰ ਲਿਫਟਿੰਗ ਦੇ ਵਿੱਚ ਫਸਟ ਐਵਰ ਗੋਲਡ ਮੈਡਲ ਸਾਡੀ ਦੇਸ਼ ਦੀ ਝੋਲੀ ਦੇ ਵਿੱਚ ਸੁਧੀਰ, ਇੱਕ ਐਥਲੀਟ ਨੇ, ਠੀਕ ਹੈ ਜੀ, ਸੁਧੀਰ ਜੀ ਨੇ ਪੈਰਾ ਪਾਵਰ ਲਿਫਟਿੰਗ ਦੇ ਵਿੱਚ ਫਸਟ ਐਵਰ ਗੋਲਡ ਮੈਡਲ ਸਾਡੇ ਦੇਸ਼ ਦੀ ਝੋਲੀ 'ਚ ਪਾਇਆ। ਸੋ ਟੋਟਲ ਇੱਥੇ 1, 4, 1 ਅਤੇ 1, 6 ਅਤੇ 7 ਮੈਡਲ ਸਾਡੇ ਕੋਲ ਐਥਲੈਟਿਕਸ ਅਤੇ ਅਦਰ ਸਪੋਰਟਸ ਮਿਲਾ ਕੇ ਹੋਏ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ, ਅੱਗੇ ਆਪਾਂ ਜੇ ਗੱਲ ਕਰੀਏ ਬਾਕਸਿੰਗ ਦੇ ਵਿੱਚ, ਬਾਕਸਿੰਗ ਅਤੇ ਬੈਡਮਿੰਟਨ ਦੀ ਆਪਾਂ ਗੱਲ ਕਰਨੀ ਆ। ਬਾਕਸਿੰਗ ਦੇ ਵਿੱਚ ਨਿਖਤ ਜ਼ਰੀਨ ਨੇ 50 ਕੇਜੀ ਵੂਮੈਨ ਕਲਾਸ ਦੇ ਵਿੱਚ, ਠੀਕ ਹੈ ਜੀ, ਵੂਮੈਨਸ 50 ਕੇਜੀ ਵੇਟ ਕਲਾਸ ਦੇ ਵਿੱਚ ਉਹਨਾਂ ਨੇ ਦੇਸ਼ ਦੀ ਝੋਲੀ 'ਚ ਗੋਲਡ ਮੈਡਲ ਪਾਇਆ। ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਅਮਿਤ ਪੰਘਾਲ ਨੇ ਗੋਲਡ ਮੈਡਲ ਮੈਨਸ ਬਾਕਸਿੰਗ 48-51 ਕੇਜੀ ਵੇਟ ਕਲਾਸ ਦੇ ਵਿੱਚ ਉਹਨਾਂ ਨੇ ਦੇਸ਼ ਦੀ ਝੋਲੀ ਦੇ ਵਿੱਚ ਗੋਲਡ ਮੈਡਲ ਪਾਇਆ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਨੀਤੂ ਗੰਗਾਸ ਨੇ ਗੋਲਡ ਇਨ ਵੂਮੈਨਸ ਬਾਕਸਿੰਗ 48 ਕੇਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬੈਡਮਿੰਟਨ ਦੇ ਵਿੱਚ ਲਕਸ਼ਯ ਸੈਨ ਨੇ ਗੋਲਡ ਮੈਡਲ ਜਿੱਤਿਆ ਸੀਗਾ ਮੈਨਸ ਸਿੰਗਲ ਦੇ ਵਿੱਚ, ਠੀਕ ਹੈ ਜੀ, ਵੈਰੀ ਇੰਪੋਰਟੈਂਟ। ਲਕਸ਼ਯ ਸੈਨ ਨੇ ਗੋਲਡ ਮੈਡਲ ਜਿੱਤਿਆ ਸੀਗਾ ਮੈਨਸ ਸਿੰਗਲ ਬੈਡਮਿੰਟਨ ਦੇ ਵਿੱਚ। ਅਤੇ ਪੀ ਵੀ ਸਿੰਧੂ ਨੇ ਗੋਲਡ ਮੈਡਲ ਜਿੱਤਿਆ ਸੀ ਵੂਮੈਨਸ ਬੈਡਮਿੰਟਨ ਸਿੰਗਲਸ ਦੇ ਵਿੱਚ। ਉਸ ਤੋਂ ਬਾਅਦ ਆਪਾਂ ਦੇਖੀਏ ਸਾਤਵਿਕ, ਸਾਈਰਾਜ ਐਂਡ ਚਿਰਾਗ ਸ਼ੈਟੀ ਗੋਲਡ ਇਨ ਬੈਡਮਿੰਟਨਸ ਮੈਨਸ ਡਬਲਸ ਦੇ ਵਿੱਚ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਇਹਨਾਂ ਦਾ ਨਾਮ ਕੀ ਹੈ? ਸਾਤਵਿਕ, ਸਾਈਰਾਜ ਐਂਡ ਚਿਰਾਗ ਸ਼ੈਟੀ ਗੋਲਡ ਇਨ ਬੈਡਮਿੰਟਨਸ ਮੈਨਸ ਡਬਲਸ। ਮੈਨਸ ਡਬਲਸ ਦੇ ਵਿੱਚ ਇਹਨਾਂ ਨੇ ਗੋਲਡ ਮੈਡਲ ਜਿੱਤਿਆ। ਸੋ ਬਾਕਸਿੰਗ ਦੇ ਵਿੱਚ ਸਾਡੇ ਕੋਲ 3 ਗੋਲਡ ਮੈਡਲ ਹੋ ਗਏ, ਨਿਖਿਤ ਜ਼ਰੀਨ, ਅਮਿਤ ਪੰਘਾਲ ਅਤੇ ਨੀਤੂ ਗੰਗਾਸ। ਅਤੇ ਬੈਡਮਿੰਟਨ ਦੇ ਵਿੱਚ ਵੀ ਸਾਡੇ ਕੋਲ 3 ਗੋਲਡ ਮੈਡਲ ਹੈਗੇ ਆ। ਇੱਕ ਸਾਡੇ ਕੋਲ ਹੈਗਾ ਆ ਲਕਸ਼ਯ ਸੈਨ ਨੇ ਜਿੱਤਿਆ ਸੀਗਾ ਮੈਨਸ ਦੇ ਵਿੱਚ ਸਿੰਗਲਸ ਦੇ ਵਿੱਚ, ਪੀ ਵੀ ਸਿੰਧੂ ਨੇ ਜਿੱਤਿਆ ਸੀਗਾ, ਅਤੇ ਲਾਸਟ ਸਾਡੇ ਕੋਲ ਸਾਤਵਿਕ, ਸਾਈਰਾਜ ਐਂਡ ਚਿਰਾਗ ਸ਼ੈਟੀ ਨੇ ਮੈਨਸ ਡਬਲਸ ਦੇ ਵਿੱਚ ਗੋਲਡ ਮੈਡਲ ਸਾਡੇ ਦੇਸ਼ ਦੀ ਝੋਲੀ ਦੇ ਵਿੱਚ ਪਾਇਆ। ਸੋ 3 ਗੋਲਡ ਮੈਡਲ ਇੱਥੇ ਹੋ ਗਏ, 3 ਗੋਲਡ ਮੈਡਲ ਉੱਪਰ ਹੋ ਗਏ, ਟੋਟਲ 6 ਗੋਲਡ ਮੈਡਲ ਇੱਥੇ ਹੋ ਗਏ ਸਾਡੇ ਕੋਲ। ਸੋ ਇਹ ਕੁਛ ਕਾਮਨਵੈਲਥ ਗੇਮਸ ਦੀ ਮੈਂ ਤੁਹਾਨੂੰ ਹਾਈਲਾਈਟਸ ਦੱਸੀਆਂ ਨੇ, ਸਾਡੇ ਦੇਸ਼ ਦੀਆਂ ਅਚੀਵਮੈਂਟਸ ਦੱਸੀਆਂ ਨੇ, ਸਾਡੇ ਐਥਲੀਟਸ ਦੀਆਂ ਅਚੀਵਮੈਂਟਸ ਦੱਸੀਆਂ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਾਰਟੀਸਪੇਸ਼ਨ ਐਂਡ ਫਿਊਚਰ। 72 ਦੇਸ਼ਾਂ ਨੇ ਕਾਮਨਵੈਲਥ ਗੇਮਸ 2022 ਦੇ ਵਿੱਚ ਪਾਰਟੀਸਪੇਟ ਕੀਤਾ, 72 ਨੇਸ਼ਨਸ ਨੇ। ਅਤੇ ਇੰਡੀਆ ਦੀ ਆਪਾਂ ਜੇ ਗੱਲ ਕੀਤੀ ਜਾਵੇ ਜੈਂਡਰ ਪਾਰਟੀਸਪੇਸ਼ਨ ਦੀ, 210 ਮੇਲਸ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ, ਠੀਕ ਹੈ ਜੀ, ਇੰਡੀਆ ਦੀ ਗੱਲ ਕਰ ਰਹੇ ਹਾਂ। ਇੰਡੀਆ ਦੀ ਆਪਾਂ ਜੇ ਗੱਲ ਕਰੀਏ 210 ਮੇਲ ਐਥਲੀਟਸ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਅਤੇ 104 ਫੀਮੇਲ ਐਥਲੀਟਸ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਇੰਡੀਆ ਵੱਲੋਂ, ਅਤੇ 72 ਦੇਸ਼ਾਂ ਨੇ ਟੋਟਲੀ ਇਹਦੇ ਵਿੱਚ ਪਾਰਟੀਸਪੇਟ ਕੀਤਾ। ਅਤੇ ਅਗਲੀ ਜਿਹੜੀ ਕਾਮਨਵੈਲਥ ਗੇਮਸ ਹੋ ਰਹੀਆਂ 2026 ਦੇ ਵਿੱਚ, ਉਹ 23ਵਾਂ ਐਡੀਸ਼ਨ ਹੋਣ ਜਾ ਰਿਹਾ। ਕਿੰਨਵਾਂ ਐਡੀਸ਼ਨ? 23rd ਐਡੀਸ਼ਨ। ਅਤੇ ਉਹ ਐਡੀਸ਼ਨ ਵਿਕਟੋਰੀਆ ਆਸਟ੍ਰੇਲੀਆ ਦੇ ਵਿੱਚ ਖੇਡਿਆ ਜਾਣਾ, ਠੀਕ ਹੈ ਜੀ। ਅਤੇ ਇੱਕ ਹੋਰ ਕੁਐਸਚਨ ਬਣ ਸਕਦਾ ਕਿ ਕਿਹੜਾ ਦੇਸ਼ ਸਭ ਤੋਂ ਜ਼ਿਆਦਾ ਵਾਰੀ ਕਾਮਨਵੈਲਥ ਗੇਮਸ ਨੂੰ ਹੋਸਟ ਕਰ ਚੁੱਕਾ ਹੈ? ਸਭ ਤੋਂ ਜ਼ਿਆਦਾ ਵਾਰੀ ਜਿਹੜਾ ਦੇਸ਼ ਹੋਸਟ ਕਰ ਚੁੱਕਾ ਉਹਦਾ ਨਾਮ ਹੈਗਾ ਆਸਟ੍ਰੇਲੀਆ। ਆਸਟ੍ਰੇਲੀਆ ਹਾਲੇ ਤੱਕ 5 ਵਾਰੀ ਕਾਮਨਵੈਲਥ ਗੇਮਸ ਹੋਸਟ ਕਰ ਚੁੱਕਾ ਹੈ। ਅਤੇ ਜਦੋਂ 2026 ਦੇ ਵਿੱਚ ਹੈ ਨਾ ਇਹਦਾ 23ਵਾਂ ਐਡੀਸ਼ਨ ਹੋਏਗਾ, ਅਤੇ ਇਹ ਅੰਕੜਾ ਜਿਹੜਾ ਹੈਗਾ 5 ਤੋਂ
6 ਹੋ ਜਾਏਗਾ। ਸੋ ਸਭ ਤੋਂ ਜ਼ਿਆਦਾ ਵਾਰੀ ਆਸਟ੍ਰੇਲੀਆ ਨੇ ਕਾਮਨਵੈਲਥ ਗੇਮਸ ਨੂੰ ਹੋਸਟ ਕੀਤਾ ਹੈ। ਸੋ ਆਈ ਹੋਪ ਇਹ ਲੈਕਚਰ ਤੁਹਾਨੂੰ ਵਧੀਆ ਲੱਗਿਆ ਹੋਏਗਾ। ਲੈਕਚਰ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਵੀਡੀਓ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ। ਟਿਲ ਦਨ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।